ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਿਛਲੇ ਕੁਝ ਕੁ ਦਿਨਾਂ ਤੋਂ ਜੋੜ ਅਤੇ ਤੋੜ ਦੀ ਰਾਜਨੀਤੀ ਚੱਲ ਰਹੀ ਹੈ। ਬੋਨੀ ਅਜਨਾਲਾ ਅਤੇ ਡਾਕਟਰ ਰਤਨ ਸਿੰਘ ਅਜਨਾਲਾ ਜਿਹੜੇ ਕਿ ਪਾਰਟੀ ਨੂੰ ਛੱਡ ਕੇ ਅਲਵਿਦਾ ਕਹਿ ਕੇ ਗਏ ਸੀਗੇ, ਅੱਜ ਉਹਨਾਂ ਨੂੰ ਹੁਣੇ ਹੁਣੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਆਪਣੀ ਪਾਰਟੀ ਦੇ ਵਿੱਚ ਫਿਰ ਸ਼ਾਮਲ ਕਰ ਲਿਆ। ਇਹ ਸਵਾਲ ਇਸ ਕਰਕੇ ਉੱਠ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਕਿ ਅਸੀਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ, ਇਹੀ ਬਿਆਨ ਜਿਹੜੇ ਆ ਰਤਨ ਸਿੰਘ ਅਜਨਾਲਾ ਹੋਣੀ ਦਿੰਦੇ ਰਹੇ ਆ, ਅਤੇ ਇਹ ਕਿਹਾ ਸੀ ਉਹਨਾਂ ਨੇ ਕਿ ਪਾਰਟੀ ਆਪਣੇ ਸਿਧਾਂਤਾਂ ਤੋਂ ਭਟਕ ਚੁੱਕੀ ਆ। ਕਈ ਤਰ੍ਹਾਂ ਦੇ ਰਣਜੀਤ ਸਿੰਘ ਬ੍ਰਹਮਪੁਰਾ ਹੋਣਾਂ ਦੇ ਨਾਲ, ਸੇਵਾ ਸਿੰਘ ਸੇਖਵਾਂ ਹੋਣਾਂ ਦੇ ਨਾਲ ਰਲ ਕੇ ਉਹਨਾਂ ਨੇ ਬਿਆਨਬਾਜ਼ੀ ਦਿੱਤੀ ਸੀ, ਪਰ ਅੱਜ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਜਾਂਦੇ ਆ, ਸਰੋਪਾ ਪਾਉਂਦੇ ਆ ਅਤੇ ਫਿਰ ਪਾਰਟੀ ਦੇ ਵਿੱਚ ਸ਼ਾਮਲ ਕਰ ਲੈਂਦੇ ਆ। ਸਾਡੇ ਨਾਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਰਹੇ ਨੇ ਅਤੇ ਪੰਜਾਬ ਵਿਧਾਨ ਸਭਾ ਦੇ 2 ਵਾਰ ਸਪੀਕਰ ਰਹੇ ਨੇ, ਰਵਿੰਦਰ ਸਿੰਘ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਵੀ ਪਾਰਟੀ ਦੇ ਇੱਕ ਸੀਨੀਅਰ ਲੀਡਰ ਰਹੇ ਨੇ ਅਤੇ ਹੁਣ ਜੋ ਘਮਾਸਾਨ ਪਾਰਟੀ ਦੇ ਅੰਦਰ ਚੱਲ ਰਿਹਾ ਹੈ, ਪੰਜਾਬ ਦੀ ਰਾਜਨੀਤੀ ਦੇ ਵਿੱਚ ਚੱਲ ਰਿਹਾ ਹੈ, ਉਸ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ। ਅੱਜ ਮੈਂ ਪਹਿਲਾ ਸਵਾਲ ਇਹੀ ਕਰੂੰਗਾ ਕਿ ਡਾਕਟਰ ਰਤਨ ਸਿੰਘ ਅਜਨਾਲਾ ਅਤੇ ਉਹਨਾਂ ਦੇ ਪੁੱਤਰ ਬੋਨੀ ਅਜਨਾਲਾ ਹੋਣੀ ਪਾਰਟੀ ਦੇ ਵਿੱਚ ਵਾਪਸ ਚਲੇ ਗਏ ਨੇ, ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਜੀ, ਸਾਡੇ ਮੁਲਕ ਵਿੱਚ ਆਇਆ ਰਾਮ ਗਿਆ ਰਾਮ ਦੀ ਪੁਰਾਣੀ ਪ੍ਰਥਾ ਬਣੀ ਹੋਈ ਹੈ। ਲੋਕ ਲਾਲਚ ਦਿੰਦੇ ਆ, ਲੋਕ ਲਾਲਚ ਸਵੀਕਾਰ ਕਰਦੇ ਆ, ਭਾਵੇਂ ਉਹ ਵੋਟਾਂ ਲੈਣ ਵੇਲੇ ਹੁੰਦਾ ਹੈ ਅਤੇ ਭਾਵੇਂ ਉਹ ਇਹੋ ਜਿਹੇ ਸਿਲਸਿਲਿਆਂ 'ਚ ਹੁੰਦਾ ਹੈ। ਇਹ ਲੋਕਾਂ ਦੀ ਆਪਣੀ ਇੱਕ ਬੜੀ ਬਦਕਿਸਮਤੀ ਹੈ ਕਿ ਜਮਹੂਰੀਅਤ ਵਿੱਚ ਇਹੋ ਜਿਹੀ ਗੱਲ ਹੋਵੇ। ਇਹ ਮੇਰੇ ਨਾਲ ਤਾਂ ਕੋਈ ਉਹਨਾਂ ਦਾ ਸੰਬੰਧ ਨਹੀਂ ਸੀ ਜਿਹੜੇ ਗੱਲ ਕਰਦੇ ਹੋ, ਇਹ ਬ੍ਰਹਮਪੁਰਾ ਅਤੇ ਸੇਵਾ ਸਿੰਘ ਹੋਣਾਂ ਦੇ ਨਾਲ ਸੀ। ਮੈਂ ਤਾਂ ਪਿਛਲੇ 20 ਸਾਲਾਂ ਦਾ ਅਕਾਲੀ ਦਲ 1920 ਕਰਕੇ ਜਮਾਤ ਹੈ, ਉਸਦੀ ਸੇਵਾ ਕਰ ਰਿਹਾ, ਅਤੇ ਸਾਡਾ ਤਾਂ ਬਹੁਤ ਲਕੀਰ ਖਿੱਚਵਾਂ ਪਾਲਿਸੀ ਰਹੀ ਹੈ ਕਿ ਬਾਦਲ ਸਾਹਿਬ ਪੱਠਾ ਬਿਠਾ ਰਿਹਾ ਹੈ ਅਕਾਲੀ ਦਲ ਦਾ ਔਰ ਜਿਹੜੇ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਦੇ ਹੇਠਾਂ। ਅਸੀਂ ਤਾਂ ਲਗਾਤਾਰ ਇਹ ਪ੍ਰੋਪਗੈਂਡਾ ਕਰ ਰਹੇ ਹਾਂ, ਕਹਿ ਰਹੇ ਹਾਂ, ਲੋਕਾਂ ਨੂੰ ਸਬੂਤ ਵੀ ਦੇ ਰਹੇ ਹਾਂ। ਅਤੇ ਜਲਿਆਮ ਚੈਲੇਂਜ ਕਰਦੇ ਨੇ, ਉਹ ਕਹਿੰਦੇ ਕਿ ਅਸੀਂ ਚੈਲੇਂਜ ਕਰਦੇ ਹਾਂ, ਜੇ ਕਿਤੇ ਗਲਤ ਹੋ ਰਿਹਾ ਸਾਹਮਣੇ ਲਿਆਓ। ਤੁਸੀਂ ਵੀ ਪਿਛਲੇ 20 ਸਾਲਾਂ ਤੋਂ ਲੱਗੇ ਹੋ, ਹੁਣ ਤੱਕ ਕੀ ਸਾਹਮਣੇ ਲੈ ਕੇ ਆਏ ਹੋ ਤੁਸੀਂ? ਦੇਖੋ ਜੀ, ਇਹ ਤਾਂ ਸਿੱਧਾ ਹੀ ਤੁਸੀਂ ਜੇ ਚੈਲੇਂਜ ਵਾਲੀ ਗੱਲ ਕਰਦੇ ਹੋ ਤਾਂ ਸੰਗਰੂਰ ਦੇ ਲੋਕਾਂ ਨੂੰ ਪੁੱਛ ਲਓ, ਆ ਸੰਗਰੂਰ ਦੇ ਵਿੱਚ ਰੈਲੀ ਕੀਤੀ ਹੈ ਉਹਨਾਂ ਨੇ ਪਿੱਛੇ ਜੇ, ਅਤੇ ਉੱਥੇ ਉਹਨਾਂ ਨੇ ਤਕਰੀਬਨ ਸਾਰੀ ਡਿਊਟੀ ਜਿਹੜਾ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਹੈ ਲੌਂਗੋਵਾਲ ਗੋਬਿੰਦ, ਉਹਦੀ ਡਿਊਟੀ ਲਾਈ ਸੀ। ਔਰ ਉਹ ਸਰਕਾਰੀ ਉਹ ਸ਼੍ਰੋਮਣੀ ਕਮੇਟੀ ਦੀ ਗੱਡੀ, ਸ਼੍ਰੋਮਣੀ ਕਮੇਟੀ ਦੇ ਡਰਾਈਵਰ ਔਰ ਇੱਕ ਨਹੀਂ ਕਈ ਗੱਡੀਆਂ ਕਈ ਉੱਥੋਂ ਦੇ ਕਰਮਚਾਰੀਆਂ ਨੂੰ ਲੈ ਕੇ ਉੱਥੇ 2 ਹਫ਼ਤੇ ਫਿਰਦਾ ਰਿਹਾ। ਉੱਥੇ ਜਿਹੜੇ ਕਦੇ ਵੀ ਕਿਸੇ ਸਕੂਲ ਜਾਂ ਕਿਸੇ ਗੁਰਦੁਆਰੇ ਨੂੰ ਉਹਨਾਂ ਨੇ 2 ਪੈਸੇ ਨਹੀਂ ਸੀ ਦਿੱਤੇ, 2 ਹਫ਼ਤਿਆਂ ਦੇ ਵਿੱਚ 4-5 ਕਰੋੜ ਰੁਪਈਆ ਵੰਡ ਛੱਡਿਆ। ਚਲੋ, ਇੱਕ ਇਹ ਹੈ। ਦੂਜਾ, ਤੁਸੀਂ ਸਬੂਤ ਚਾਹੁੰਦੇ ਹੋ, ਆ ਪਿੱਛੇ ਜੇ 550 ਸਾਲ ਦਾ ਸੁਲਤਾਨਪੁਰ ਲੋਧੀ ਇਹਨਾਂ ਨੇ ਸਜਾਇਆ ਅਤੇ ਇਹਨਾਂ ਨੇ ਆਪ ਐਲਾਨ ਕੀਤਾ ਕਿ 12 ਕਰੋੜ ਰੁਪਈਆ ਲਾ ਕੇ ਇੱਕ ਤੰਬੂ ਉੱਥੇ ਤਿਆਰ ਕੀਤਾ। ਬਹੁਤ ਸਾਰੇ ਜੇ ਤੁਸੀਂ ਉੱਥੇ ਜਾਓ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਉੱਥੇ ਉਹ ਤੰਬੂ ਇਕੱਠੇ ਕਰਨ ਦੀ ਲਾਉਣ ਦੀ ਲੋੜ ਹੀ ਨਹੀਂ ਸੀ। ਇਸ ਲਈ ਲੋੜ ਨਹੀਂ ਸੀ ਕਿਉਂਕਿ ਉਹ ਤੰਬੂ ਵਰਤਿਆ ਹੀ ਨਹੀਂ ਗਿਆ ਹੋਰ ਕਿਸੇ ਕੰਮ ਵਾਸਤੇ। ਬਾਦਲ ਸਾਹਿਬ ਔਰ ਬਾਦਲ ਸਾਹਿਬ ਦੇ ਟੱਬਰ ਦੀ ਮਹਿਮਾ ਕਰਨ ਦੇ ਇਲਾਵਾ ਉੱਥੇ ਉਸ ਟੱਬੂ ਦਾ 12 ਕਰੋੜ ਦਾ ਕੋਈ ਕੰਮ ਨਹੀਂ ਆਇਆ। ਕੋਈ ਸਿੱਖੀ ਪ੍ਰਤੀ, ਕੋਈ ਗੁਰੂ ਨਾਨਕ ਪ੍ਰਤੀ ਉੱਥੇ ਕੋਈ ਚੀਜ਼ ਨਹੀਂ ਹੋਈ। ਔਰ ਖਾਲੀ 12 ਕਰੋੜ ਨਹੀਂ, ਉਹਦੇ ਬਾਅਦ ਸਬਸੀਕੁਐਂਟ ਜਿਹੜਾ ਖਰਚੇ ਆਏ ਨੇ ਉਹ 3.5 ਕਰੋੜ ਦੇ ਲਗਭਗ ਉਹਨਾਂ ਦੇ ਕਹਿਣ ਮੁਤਾਬਕ ਹੀ ਆਏ ਨੇ ਐਡੀਸ਼ਨਲ। ਸੋ ਤਕਰੀਬਨ 15 ਕਰੋੜ ਰੁਪਈਆ ਉੱਥੇ ਖਰਚਿਆ ਗਿਆ। ਹੁਣ ਸਵਾਲ ਉੱਥੇ ਕੌਣ ਕਰੇ? ਸਵਾਲ ਉੱਥੇ ਵਰਕਿੰਗ ਜਿਹੜੀ ਉਹਨਾਂ ਦੀ ਐਗਜੈਕਟਿਵ ਕਮੇਟੀ ਹੈ ਉਹਦੇ ਵਿੱਚ ਹੀ ਹੋ ਸਕਦੇ ਆ। ਇੱਦਾਂ ਦੇ ਤੱਥ ਤੁਸੀਂ ਰੱਖਦੇ ਹੋ, ਅਸੀਂ ਸੁਣਦੇ ਆ ਰਹੇ ਹਾਂ, ਢੀਂਡਸਾ ਸਾਹਿਬ ਵੀ ਹੁਣ ਰੱਖਣ ਲੱਗ ਗਏ ਨੇ, ਹੋਰ ਵੀ ਲੀਡਰ ਜਿਹੜੇ ਤੁਹਾਡੇ ਗਰੁੱਪ ਦੇ ਹੈਗੇ ਉਹ ਰੱਖਦੇ ਨੇ, ਪਰ ਲੋਕ ਫਿਰ ਵੀ ਉਹਨਾਂ ਦੇ ਨਾਲ ਰੈਲੀਆਂ ਦੇਖ ਲਓ, ਉਹਨਾਂ ਦੀਆਂ ਰੈਲੀਆਂ ਭਰੀਆਂ ਹੁੰਦੀਆਂ ਨੇ। ਉਹਨਾਂ ਦੀ ਰੈਲੀ ਦੀ ਸੁਣ ਲਓ, ਮੈਂ ਹੁਣੇ ਨਾਗਰਾ ਪਿੰਡ ਹੈ ਘੜਾਚੋ ਪਿੰਡ ਦੇ ਨੇੜੇ ਹੀ ਸੁਨਾਮ ਰੋਡ ਤੋਂ ਜਦੋਂ ਤੁਸੀਂ ਜਾਂਦੇ ਹੋ ਅਤੇ ਉੱਥੇ ਮੈਂ ਹੁਣੇ ਹੋ ਕੇ ਆਇਆ। ਉਹ ਉੱਥੋਂ ਮੋਤਵਰ ਸੱਜਣ ਸਾਰੇ ਇਕੱਠੇ ਹੋਏ ਸਨ, ਮੇਰੇ ਖਿਆਲ 2 ਦਿਨ ਦੀ ਗੱਲ ਹੈ। ਉਹ ਦੱਸਦੇ ਨੇ, ਕਹਿੰਦੇ ਜੀ 400-400 ਰੁਪਏ ਦਿਹਾੜੀਦਾਰ ਲੈ ਕੇ ਗਏ ਆ ਉੱਥੇ ਬੰਦੇ। ਠੀਕ ਹੈ, ਕੁਛ ਉਹਨਾਂ ਦੇ ਵੀ ਵਰਕਰ ਹਨ, ਪਰ ਯਾਦ ਰੱਖੋ ਕਿ ਉੱਥੇ ਹੁਣੇ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ ਅਤੇ ਢੀਂਡਸਾ ਸਾਹਿਬ ਵੀ ਅਕਾਲੀ ਕੈਂਡੀਡੇਟ ਸੀ ਅਤੇ ਹਰੇ ਨੇ, ਔਰ ਉੱਥੇ ਪਿੰਡਾਂ ਤੋਂ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਇਹਨਾਂ ਨੂੰ। ਉਹ ਵੋਟਾਂ ਜਿਹੜੀਆਂ ਨੇ ਪਿੰਡਾਂ ਦੀਆਂ ਵੋਟਾਂ ਉਹ ਆਮ ਆਦਮੀ ਨੂੰ ਗਈਆਂ ਨੇ, ਇਹਨਾਂ ਨੂੰ ਵੋਟਾਂ ਸ਼ਹਿਰਾਂ ਦੀਆਂ ਮਿਲੀਆਂ ਨੇ ਔਰ ਸ਼ਹਿਰਾਂ ਦੀਆਂ ਉੱਥੇ ਦੁਕਾਨਦਾਰਾਂ ਦੀਆਂ ਜਿਹੜੇ ਮੋਦੀ ਭਗਤ ਨੇ
ਉੱਥੇ ਮੋਦੀ ਦੇ ਨਾਂ ਦੇ ਉੱਤੇ ਵੋਟਾਂ ਮਿਲੀਆਂ। ਇਨਫੈਕਟ ਜੇ ਬਠਿੰਡੇ ਵੀ ਤੁਸੀਂ ਜਿਹੜੀ ਐਨਾਲਿਸਿਸ ਲਓ ਲੋਕ ਸਭਾ ਦੀ, ਅਤੇ ਉਹ ਬੀਬੀ ਜਿਹੜੀ ਜਿੱਤੀ ਹੈ ਉਹ ਮੋਦੀ ਵੇਵ ਦੇ ਬਦੌਲਤ ਸ਼ਹਿਰਾਂ ਤੋਂ ਉਹਨੂੰ ਵੋਟ ਪਈ ਹੈ, ਜਾਂ ਇੱਕ ਖਹਿਰਾ ਸਾਹਿਬ ਖੜ ਰਹੇ ਸੀ ਜਿਹੜੇ 30-35 ਹਜ਼ਾਰ ਵੋਟ ਉਹਨਾਂ ਨੇ ਵਿਗਾੜ ਦਿੱਤੀ, ਨਹੀਂ ਤਾਂ ਉਹਦੇ ਖਿਲਾਫ਼ ਪੈ ਸਕਦੀ ਸੀ, ਉਹ ਤਾਂ ਹਰੀ ਪਈ ਸੀ। ਸੋ ਇਹ ਇਹ ਪੋਜੀਸ਼ਨ ਵੀ ਲੰਬਾ ਤਜ਼ਰਬਾ ਹੈਗਾ ਉਮਰ ਦਾ ਸਿਆਸਤ ਦੇ ਵਿੱਚ ਵੀ ਆ, ਲੋਕ ਤੋਂ ਲੱਗਦਾ ਨਹੀਂ ਕਿ ਬਦਲਾਅ ਇੱਦਾਂ ਆਜੂਗਾ? 400 ਰੁਪਏ ਦਿਹਾੜੀ ਦੇ ਉੱਪਰ ਆਪਣੀ ਦਿਹਾੜੀ ਵੇਚ ਦਿੰਦੇ ਆ ਜਿੱਦਾਂ ਤੁਸੀਂ ਕਹਿ ਰਹੇ ਹੋ, ਹਾਲਾਂਕਿ ਮੈਂ ਅੱਜ ਤੱਕ ਨਹੀਂ ਦੇਖਿਆ ਇੱਦਾਂ ਹੁੰਦਾ ਹੋਊਗਾ ਕਿਉਂਕਿ ਤੁਸੀਂ ਵੀ ਸਿਆਸਤ ਦੇ ਵਿੱਚ ਰਹੇ ਹੋ, ਇੱਦਾਂ ਬਦਲਾਅ ਕਦੀ ਆ ਸਕਦਾ ਹੈ? ਦੇਖੋ ਜੀ, ਬਦਲਾਅ ਤਾਂ ਹੜ੍ਹ ਨਾਲ ਹੀ ਆਊਗਾ, ਲੋਕਾਂ ਦਾ ਹੜ੍ਹ ਹੋਊਗਾ ਅਤੇ ਤਾਂ ਹੀ ਆਊ, ਔਰ ਉਹ ਜੇ ਸੱਚੀ ਔਰ ਸੁੱਚੀ ਇਲੈਕਸ਼ਨ ਹੋਵੇ ਤਾਂ ਵੀ ਆ ਸਕਦਾ ਹੈ। 2003 ਦੇ ਵਿੱਚ ਇਲੈਕਸ਼ਨ ਹੋਈ ਸੀ, ਹਾਲਾਂਕਿ ਉਹ ਵੋਟਾਂ ਪਹਿਲੇ ਬਣ ਗਈਆਂ ਸਨ ਬਾਦਲ ਦੇ ਰਾਜ ਦੇ ਵਿੱਚ ਹੀ, ਲੇਕਿਨ ਉਦੋਂ ਵੀ ਅਸੀਂ ਐਡੇ ਐਡੇ ਥੱਬੇ ਲੈ ਕੇ ਗਏ ਸੀ। ਉਦੋਂ ਜਿਹੜਾ ਇਲੈਕਸ਼ਨ ਕਮਿਸ਼ਨਰ ਸੀ ਉਹ ਬਾਦਲ ਸਾਹਿਬ ਦੇ ਵੇਲੇ ਦਾ ਲੱਗਿਆ ਹੋਇਆ ਸੀ, ਅਤੇ ਉਹਦੇ ਵਿੱਚ ਇਹ ਸੀ ਕਿ ਜਿਵੇਂ ਲੁਧਿਆਣੇ ਸ਼ਹਿਰ ਹੈ ਉੱਥੇ ਫਲਾਣਾ ਖਾਨ, ਫਲਾਣੀ ਗਲੀ, ਫਲਾਣਾ ਘਰ ਨੰਬਰ ਸੀ, ਉਹਨੂੰ ਖਾਨ ਹਟਾ ਕੇ ਸਿੰਘ ਲਾਤਾ, ਕੁਮਾਰ ਹਟਾ ਕੇ ਸਿੰਘ ਲਾਤਾ, ਇਹੋ ਜਿਹੇ ਥੱਬੇ ਅਸੀਂ ਇੰਨੇ ਲੈ ਕੇ ਗਏ ਜਿਹੜੇ ਸਿੱਖ ਹੀ ਨਹੀਂ ਸਨ ਲੇਕਿਨ ਉਹਨਾਂ ਦੀ ਵੋਟ ਬਣ ਗਈ ਸੀ। ਔਰ ਉਹ ਜਦੋਂ ਲੈ ਕੇ ਗਏ ਉਹ ਉੱਥੇ ਜਿਹੜੇ ਲਾਏ ਸੀ ਉਹ ਕਮਿਸ਼ਨਰ ਉਹਨੇ ਪਾਸੇ ਕਰ ਛੱਡੇ, ਉਹਨੇ ਵੇਖਿਆ ਹੀ ਕੋਈ ਨਹੀਂ, ਧੱਕੇ ਕਰਦੇ ਰਹੇ। ਉਹਦੇ ਬਾਵਜੂਦ ਅਸੀਂ ਉਸ ਇਲੈਕਸ਼ਨ ਵਿੱਚ 46% ਵੋਟ ਲੈ ਗਏ ਸਾਂ, 40% ਵੋਟ ਸਾਨੂੰ ਪਈ ਸੀ, ਕੋਈ ਮਾਮੂਲੀ ਗੱਲ ਨਹੀਂ ਸੀ। 2011 ਦੇ ਵਿੱਚ ਜਿਹੜੀ ਵੋਟ ਸ਼੍ਰੋਮਣੀ ਕਮੇਟੀ ਦੀ ਪੈਂਦੀ ਹੈ, ਉਦੋਂ ਬਾਦਲ ਸਾਹਿਬ ਚੀਫ ਮਿਨਿਸਟਰ ਸਨ, ਉਹਨੂੰ ਤਾਂ ਪੁਲਿਸ ਵਾਲਿਆਂ ਨੇ ਧੱਕੇ ਨਾਲ ਵੋਟਾਂ ਪਾਈਆਂ, ਮਰਿਆ ਹੋਇਆਂ ਦੀਆਂ ਵੋਟਾਂ ਪਾਈਆਂ, ਸਾਡੀਆਂ ਵੋਟਾਂ ਬਣਨ ਨਹੀਂ ਦਿੱਤੀਆਂ। ਇਹ ਆਈ ਵਾਰੀ ਧੱਕਾ ਕਰਦੇ ਰਹੇ ਨੇ। ਹੁਣ ਤੁਸੀਂ ਆਪ ਸੋਚੋ ਕਿ 9-10 ਸਾਲ ਹੋ ਗਏ ਨੇ ਸ਼੍ਰੋਮਣੀ ਕਮੇਟੀ ਦੀ ਵੋਟ ਇਹਨਾਂ ਨੇ ਮੰਗੀ ਉਹ ਨਹੀਂ, ਇਲੈਕਸ਼ਨ ਕਿਉਂ ਨਹੀਂ ਮੰਗੀ? ਇਹਨਾਂ ਦਾ ਬਹਾਨਾ ਇਹ ਹੈ ਕਿ ਬਈ ਸੁਪਰੀਮ ਕੋਰਟ ਨੇ ਕਿਸੇ ਕੇਸ ਦੇ ਉੱਤੇ ਇਹਨਾਂ ਨੂੰ ਓਪਰੇਸ਼ਨ ਕਰਨ ਤੋਂ ਸਟੇਅ ਕਰ ਦਿੱਤਾ ਸੀ, ਔਰ ਜਿਹੜੀ ਉਸ ਵੇਲੇ ਦੀ ਐਗਜ਼ੈਕਟਿਵ ਕਮੇਟੀ ਸੀ ਉਸਨੂੰ ਅਧਿਕਾਰ ਦੇ ਦਿੱਤਾ ਕਿ ਬਈ ਤੁਸੀਂ ਸਾਰੇ ਫੰਕਸ਼ਨ ਕਰੋ। ਇਹ ਕਹਿਣ ਲੱਗੇ ਜੀ ਸਾਨੂੰ ਤਾਂ 5 ਸਾਲ ਦਾ ਇਲੈਕਸ਼ਨ ਹੋਇਆ ਸੀ ਅਤੇ 5 ਸਾਲ ਸਾਡੇ ਪੂਰੇ ਨਹੀਂ ਹੋਏ। ਲੇਕਿਨ ਫੈਕਟ ਕੀ ਹੈ? ਫੈਕਟ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਮਾਲਕ ਹੈ ਉਹ ਇਲੈਕਟਿਡ ਨੁਮਾਇੰਦਾ ਨਹੀਂ ਹੈ, ਚਾਹੇ ਉਹ SGPC ਦਾ ਨੁਮਾਇੰਦਾ ਹੋਵੇ ਇਲੈਕਟਿਡ, ਚਾਹੇ ਉਹ MLA ਹੋਵੇ, ਚਾਹੇ MP ਹੋਵੇ, ਉਹ ਮਾਲਕ ਨਹੀਂ ਹਨ, ਮਾਲਕ ਵੋਟਰ ਹੈ ਹਿੰਦੁਸਤਾਨ ਦਾ। ਉਹ ਕਹਿੰਦੇ ਕਰਾ ਦਿਓ ਵੋਟਾਂ, ਅਸੀਂ ਤਾਂ ਤਿਆਰ ਬੈਠੇ ਹਾਂ। ਮੇਰੀ ਬੇਨਤੀ ਸੁਣੋ, ਜੇ ਉਹ ਕਹਿੰਦੇ ਕਰਾ ਦਿਓ ਤਾਂ 5 ਸਾਲ ਸੁੱਤੇ ਰਹੇ ਨੇ, ਕਿਉਂ ਨਾ ਕਰਾਇਆ ਜਦੋਂ ਰਾਜਭਾਗ ਸੀ? ਕੁੜੀ ਨੂੰ ਵਜ਼ੀਰ ਬਣਾਉਣ ਵਾਸਤੇ ਜਾ ਸਕਦੇ ਨੇ ਦਿੱਲੀ? ਅਤੇ SGPC ਨੂੰ ਕੁਝ ਸਮਝ ਰਹੀ ਕੁਛ ਨਹੀਂ ਕਿ ਬਈ ਇਲੈਕਸ਼ਨ ਕਰਾਉਣ ਦੀ ਕੋਈ ਲੋੜ ਕੋਈ ਨਹੀਂ? ਕਹਿੰਦੇ ਕੇਂਦਰ ਦਾ ਇਹ ਸਾਰਾ ਕੁਝ ਹੈਗਾ ਵਾ, ਕੇਂਦਰ ਜਦੋਂ ਚਾਹੇ ਕਰਾ ਲਏ ਅਸੀਂ ਤਿਆਰ ਬੈਠੇ ਹਾਂ। ਕੇਂਦਰ ਵਿੱਚ ਵਜ਼ੀਰਨੀ ਵੀ ਤਾਂ ਬੈਠੀ ਹੈ ਕੇਂਦਰ ਦੇ ਵਿੱਚ ਇਹਨਾਂ ਦੀ, ਜੇ ਵਜ਼ੀਰਨੀ ਬਣਾਉਣ ਵਾਸਤੇ ਜਾ ਸਕਦਾ ਹੈ ਬਾਦਲ ਸਾਹਿਬ, ਅਤੇ ਫਿਰ ਇਹ ਜਿਹੜਾ ਸਿੱਖਾਂ ਦਾ ਇੱਕ ਇੰਨਾ ਵੱਡਾ ਕੰਮ ਹੈ ਉਹ ਤੁਸੀਂ ਨਜ਼ਰਅੰਦਾਜ਼ ਕਰ ਦਿੱਤਾ? ਤੁਹਾਡੇ ਸਾਹਮਣੇ ਵਜ਼ੀਰ ਬਣਨਾ ਜ਼ਿਆਦਾ ਜ਼ਰੂਰੀ ਹੈ? ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦਾ ਇੱਕ ਵੇਸਟ ਪੇਪਰ ਬਾਸਕਟ 'ਚ ਪਾ ਦਿਓ। ਕੀ ਲੱਗਦਾ ਤੁਹਾਨੂੰ, ਡਰਦੇ ਨੇ ਇਲੈਕਸ਼ਨ ਤੋਂ ਫਿਰ? ਦੇਖੋ ਜੀ, ਧੱਕੇ ਨਾਲ ਕਰਦੇ ਇਲੈਕਸ਼ਨ, ਠੱਗੀ ਮਾਰਦੇ ਨੇ ਇਲੈਕਸ਼ਨਾਂ 'ਚ, ਸੱਚਾਈ 'ਚ ਨਾਲ ਨਹੀਂ ਕਰਦੇ, ਕਿਉਂਕਿ ਸੱਚਾਈ ਇਹਨਾਂ ਨੂੰ ਪਤਾ ਹੈ ਕਿ ਜਿਹੜੀ ਸਿੱਖ ਜਗਤ ਹੈ ਉਹ ਇਹਨਾਂ ਦੀਆਂ ਬੇਈਮਾਨੀਆਂ ਤੋਂ ਤੰਗ ਆਏ ਪਏ ਨੇ, ਉਹ ਨਜ਼ਰ ਆਉਂਦਾ ਹੈ। ਗੁਰਦੁਆਰਿਆਂ ਦੇ ਵਿੱਚ ਇੰਨੀ ਵੱਡੇ ਪੈਮਾਨੇ ਦੇ ਉੱਤੇ ਲੁੱਟ ਹੈ ਕਿ ਰਹਿ ਰੱਬ ਦਾ ਨਾਂ, ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਟਰੱਸਟ ਬਣਾ ਦਿੱਤੇ, ਟਰੱਸਟ ਦੇ ਵਿੱਚ ਪ੍ਰਾਈਵੇਟ ਮੈਂਬਰ ਪੈ ਗਏ ਨੇ। ਇੱਕ ਇਹੋ ਜਿਹਾ ਟਰੱਸਟ ਉੱਥੇ ਸ਼ਾਹਬਾਦ ਵੀ ਹੈਗਾ ਹਰਿਆਣੇ, ਉਹਦਾ ਪ੍ਰਧਾਨ ਬਾਦਲ ਸਾਹਿਬ ਖੁਦ ਬਣਿਆ ਹੋਇਆ, ਉਹਦਾ ਕੇਸ ਅੱਜ ਤੱਕ ਹਾਈਕੋਰਟ 'ਚ ਪੈਂਡਿੰਗ ਹੈ। ਸੋ ਬਹੁਤ ਕੁਛ ਹੈ, ਇੱਕ ਨਹੀਂ, ਇਹ ਤਾਂ ਜੇ ਤੁਸੀਂ ਕਹੋ ਕਿ ਵੀ ਆਹ ਇੰਟਰਵਿਊ ਦੇ ਵਿੱਚ ਮੈਂ ਤੁਹਾਨੂੰ ਸਬੂਤ ਦੇਵਾਂ, ਇਹ ਤਾਂ ਥੱਬੇ ਦੇ ਥੱਬੇ ਪਏ ਨੇ ਜਿਹੜੇ ਕਿ ਇਹਨਾਂ ਦੇ ਖਿਲਾਫ ਹੋਣੇ। ਕਿਉਂ ਐਕਸ਼ਨ ਨਹੀਂ ਹੁੰਦੇ ਫਿਰ? ਫਿਰ ਕੀ ਕਾਰਨ ਕਿੱਥੇ ਰਹਿ ਜਾਂਦਾ ਜੇ ਤੁਸੀਂ ਕਹਿੰਦੇ ਹੋ ਥੱਬਿਆਂ ਦੇ ਥੱਬੇ ਪਏ ਨੇ ਸਬੂਤ? ਹਾਈਕੋਰਟ ਵਿੱਚ ਕੇਸ ਹੈ, ਜਿੰਨੇ ਚਿਰ ਤੱਕ ਹਾਈਕੋਰਟ ਉਸ ਨੂੰ ਲਿਆ ਕੇ ਉਹਦੇ 'ਤੇ ਬਹਿਸ ਕਰਕੇ ਫੈਸਲਾ ਨਾ ਕਰੇ ਕਿਵੇਂ ਹੋ ਸਕਦਾ? ਤੁਹਾਡੇ ਕੋਲ ਮਰਡਰ ਦੇ ਕੇਸ ਪਏ ਨੇ 20-20 ਸਾਲ ਦੇ, ਜਿਹਨਾਂ ਦੇ ਫੈਸਲੇ ਨਹੀਂ ਹੁੰਦੇ, ਕਿਉਂ ਹੁੰਦੇ ਨੇ? ਇਹ ਤਾਂ ਫਿਰ ਤੁਸੀਂ ਜੁਡੀਸ਼ਲ ਸਿਸਟਮ ਨੂੰ ਕਰੋ ਨਾ, ਜਾਂ ਤਾਂ ਫਿਰ ਜਿਹਨੂੰ ਕੋਈ ਗਿਲਾ ਹੋਵੇ ਉਹ ਫਿਰ ਲਕੀਰ ਖਿੱਚੇ, ਫਿਰ ਉਹ ਫਿਰ ਐਨਆਰਕੀ ਨੂੰ ਉਹਨੂੰ ਕਹਿੰਦੇ ਨੇ। ਐਨਆਰਕੀ ਲਿਆਉਣ ਵਾਸਤੇ ਅਜੇ ਲੋਕ ਤਿਆਰ ਨਹੀਂ ਹੈਗੇ। ਮੈਂ ਹੁਣੇ ਬੋਨੀਆ ਜਲਾਣਾ ਹੁਣਾਂ ਦਾ ਭਾਸ਼ਣ ਸੁਣ ਕੇ ਆਇਆ, ਸ਼ਾਮਿਲ ਹੋਏ ਨੇ, ਉਹਨਾਂ 3 ਬੰਦਿਆਂ ਦੇ ਨਾਂ ਲਏ, ਕਹਿੰਦੇ ਇਹਨਾਂ ਦੁਕਾਨਾਂ ਖੋਲੀਆਂ, ਇੱਕ ਤੁਹਾਡਾ ਨਾਂ ਲੈ ਲਿਆ ਰਵਿੰਦਰ ਸਿੰਘ, ਕਹਿੰਦੇ ਇੱਕ ਦੂਜਾ ਕਹਿੰਦੇ ਸੇਵਾ ਸਿੰਘ ਸੇਖਵਾਂ, ਅਤੇ ਤੀਸਰਾ ਸੁਖਦੇਵ ਸਿੰਘ ਢੀਂਡਸਾ, ਕਹਿੰਦੇ ਦੁਕਾਨਾਂ ਖੋਲੀਆਂ ਨੇ, ਕੋਈ ਗੱਲ ਨਹੀਂ ਬੰਦ ਹੋ ਜਾਣਗੀਆਂ। ਦੁਕਾਨ ਜਾਂ ਤਾਂ ਦੱਸਣ ਜੀ, ਦੁਕਾਨ ਵਿੱਚ ਕੋਈ ਆਖਰ ਦੁਕਾਨ ਖੋਲ੍ਹਦਾ, ਕੁਛ ਲਾਭ ਲੈਣ ਵਾਸਤੇ ਖੋਲ੍ਹਦਾ, ਅਤੇ ਕੀ ਲਾਭ ਲਿਆ ਜੀ? ਮੈਂ ਤਾਂ 20 ਸਾਲ ਦਾ ਫਿਰ ਦੁਕਾਨ ਖੋਲ੍ਹੀ ਹੋਈ ਹੈ, ਮੈਨੂੰ ਕੀ ਲਾਭ ਮਿਲਿਆ ਦੱਸਣ? ਮੈਨੂੰ ਸਮਝਾਉਣ,
ਸ਼ਬਦ ਦੇ ਦੁਰਵਰਤੋਂ ਕਰਕੇ ਕੋਈ ਕਿਸੇ ਦਾ ਫਾਇਦਾ ਨਹੀਂ ਹੁੰਦਾ। ਡਾਕਟਰ ਰਤਨ ਸਿੰਘ ਨੂੰ ਮੈਂ ਜਾਣਦਾ, ਸਾਡੇ ਨਾਲ ਹੀ MLA ਰਿਹਾ ਅਤੇ ਇਹ ਮੁੰਡਾ ਤਾਂ ਮੈਂ ਮੇਰਾ ਬਹੁਤਾ ਵਾਕਫ ਨਹੀਂ ਹੈ, ਇਹ ਮਗਰੋਂ MLA ਬਣਿਆ ਸੀ। ਲੇਕਿਨ ਕੋਈ ਇਹਨਾਂ ਨੂੰ ਪੁੱਛੇ ਕਿ ਕੱਲ੍ਹ ਤੁਸੀਂ ਗਾਲਾਂ ਕੱਢਦੇ ਸੋ ਸਿਸਟਮ ਨੂੰ, ਬਾਦਲ ਨੂੰ, ਜਿਹੜੀ ਜਮਾਤ ਉਹ ਹੈ, ਅੱਜ ਤੁਸੀਂ ਥੁੱਕ ਕੇ ਚੱਟ ਰਹੇ ਹੋ, ਇਹ ਕੋਈ ਗੱਲ ਹੈ? ਤੁਹਾਡੀ ਇਹਦੇ ਨਾਲ ਪੋਜੀਸ਼ਨ ਵਧੀ ਹੈ ਸੋਸਾਇਟੀ ਦੇ ਵਿੱਚ? ਇਹੋ ਜਿਹੇ ਕਰਨ ਵਾਲਿਆਂ ਨੂੰ ਕਦੇ ਵੀ ਕੋਈ ਚੰਗਾ ਨਹੀਂ ਮੰਨਦਾ। ਮੈਂ ਤਾਂ ਜਿਹੜਾ ਸਟੈਂਡ ਲਿਆ ਹੈ, ਮੈਂ 20 ਸਾਲ ਉੱਤੇ ਖੜ੍ਹਾ, ਮੈਂ ਕਿਸੇ ਹੋਰ ਪਾਰਟੀ ਨੂੰ ਜੁਆਇਨ ਨਹੀਂ ਕੀਤਾ। ਮੈਨੂੰ ਕਹਿੰਦੇ ਜੀ ਤੁਹਾਡਾ ਮਹਾਰਾਜਾ ਨਾਲ ਬੜਾ ਦੋਸਤੀ ਤਾਂ ਹੈ, ਲੇਕਿਨ ਉਹ ਕਾਂਗਰਸ ਵਿੱਚ, ਮੈਂ ਕਾਂਗਰਸ ਵਿੱਚ ਹੈ ਨਹੀਂ। ਜੇ ਮੈਂ ਲਾਭ ਲੈਣਾ ਹੁੰਦਾ ਤਾਂ ਮੈਂ ਵੀ ਕਾਂਗਰਸ ਚਲੇ ਜਾਂਦਾ। ਮੈਨੂੰ ਸਰਕਾਰੀ ਗੱਡੀ, ਸਰਕਾਰੀ ਖਰਚਾ ਮਾੜਾ ਲੱਗਦਾ, ਲੇਕਿਨ ਇਸ ਕੀਮਤ ਦੇ ਉੱਤੇ ਮੈਨੂੰ ਮਾੜਾ ਲੱਗਦਾ। ਮੈਂ ਆਪਣੇ ਆਪ ਨੂੰ ਅਕਾਲੀ ਸਮਝਦਾ ਔਰ ਅਕਾਲੀ ਰਹਿਣਾ ਹੈ ਜਿੰਨੇ ਚਿਰ ਤੱਕ ਮੇਰੀ ਮੌਤ ਨਹੀਂ ਹੁੰਦੀ। ਔਰ ਇਹਨਾਂ ਦੇ ਜਿਹੜੀ ਬੇਈਮਾਨ ਕਰਨ ਵਾਲੇ ਬੈਠੇ ਨੇ, ਇਹਨਾਂ ਦੇ ਖਿਲਾਫ਼ ਬੋਲੀ ਜਾਣਾ। ਬਾਕੀ ਪਬਲਿਕ ਦੀ ਮਰਜ਼ੀ ਹੈ, ਜੇ ਪਬਲਿਕ ਚਾਹੁੰਦੀ ਹੈ ਕਿ ਬੇਈਮਾਨ ਉਹਨਾਂ 'ਤੇ ਰਾਜ ਕਰੇ ਤਾਂ ਸੁਭਾਨ ਅੱਲਾ ਕਰਨ। ਅਕਾਲੀ ਦਲ ਦੇ ਕੁਝ ਕੁ ਸਿਧਾਂਤ ਮੈਨੂੰ ਅਜਿਹੇ ਦੱਸੋ ਜਿਹੜੇ ਤੁਹਾਡੇ ਵੇਲੇ ਉਦੋਂ ਸੀਗੇ, ਹੁਣ ਨਹੀਂ ਹੈਗੇ, ਹੁਣ ਉਹ ਸਿਧਾਂਤਾਂ ਤੋਂ ਪਾਰਟੀ ਭਟਕ ਚੁੱਕੀ ਹੈ, ਜੇ ਕੋਈ ਮੈਨੂੰ ਦੱਸੋ ਤੁਸੀਂ ਐਗਜ਼ਾਮਪਲ ਦੇ ਤੌਰ 'ਤੇ। ਦੇਖੋ, ਪਹਿਲਾ ਹੀ ਸਿਧਾਂਤ ਇਹ ਹੈ ਕਿ ਕੋਈ ਵੀ ਅਕਾਲੀ ਦਲ ਦਾ ਪ੍ਰਧਾਨ ਉਸਨੇ ਆਪਣੇ ਪੁੱਤ ਨੂੰ ਜਾਂ ਧੀ ਨੂੰ ਹੁਣ ਪ੍ਰਧਾਨ ਨਹੀਂ ਬਣਾਇਆ। ਫਿਰ ਬਾਦਲ ਸਾਹਿਬ ਨੇ ਇਹੋ ਜਿਹਾ ਪੁੱਤ ਬਣਾਇਆ ਜਿਹੜਾ ਕਿ ਇੱਕ ਪਬਲਿਕ ਸਟੇਜ ਦੇ ਉੱਤੇ, ਤੁਸੀਂ ਦਿਖਾਇਆ ਹੋਇਆ ਇਹ ਸਾਰੀਆਂ ਗੱਲਾਂ, ਇਹ ਕਹਿੰਦਾ ਹੈਗਾ ਕਿ ਇਹ ਸਰਦਾਰ ਪ੍ਰਕਾਸ਼ ਸਿੰਘ ਮੇਰੇ ਪਿਤਾ ਸਮਾਨ, ਜਿਹਨੂੰ ਇੰਨੀ ਸੁਰਤ ਨਹੀਂ ਉਦੋਂ, ਚਲੋ ਉਹ ਤਾਂ ਚਲੋ ਤੁਸੀਂ ਕਹੋ ਜੀ ਸਲਿਪ ਆਫ ਦੀ ਟੰਗ ਹੋ ਗਈ, ਲੇਕਿਨ ਆ ਹੁਣੇ ਹੀ ਹਰਿਮੰਦਰ ਸਾਹਿਬ ਦਾ ਇਹ ਨੀਂਹ ਪੱਥਰ ਰੱਖਣ ਵਾਲਾ ਦਿਹਾੜਾ ਮਨਾਉਣਾ ਸੀ, ਅਤੇ ਉੱਥੇ ਉਹ ਕਹਿੰਦਾ ਹੈ ਕਿ ਗੁਰੂ ਰਾਮਦਾਸ ਜੇ ਚਾਹੁੰਦੇ ਤਾਂ ਅੰਮ੍ਰਿਤਧਾਰੀ ਸਿੱਖ ਤੋਂ ਰਖਵਾ ਸਕਦੇ ਸੀ ਪੱਥਰ। ਉਹ ਭਾਈ, ਉਹਨੂੰ ਇਹ ਵੀ ਨਹੀਂ ਪਤਾ ਜਿਹੜੇ ਬੰਦੇ ਨੂੰ ਬਾਦਲ ਸਾਹਿਬ ਨੇ ਆਪਣੇ ਪੁੱਤ ਨੂੰ ਬਣਾਇਆ ਆਪਣੇ ਥਾਂ, ਇਹੀ ਮੈਂ ਤੁਹਾਨੂੰ ਕਹਿੰਦਾ ਪ੍ਰਥਾ ਭੰਨ ਕੇ ਕਿ ਬਈ ਅੰਮ੍ਰਿਤ ਦਾ ਛਕਾਣ ਤਾਂ 100 ਸਾਲ ਮਗਰੋਂ ਗੁਰੂ ਗੋਬਿੰਦ ਸਿੰਘ ਨੇ ਕੀਤਾ। ਸੋ ਇਹ ਤਾਂ ਬੁਨਿਆਦੀ ਤੌਰ ਦੇ ਉੱਤੇ ਬੰਦਾ ਜੋ ਨਾਕਾਬਿਲ ਹੈ ਇੱਕ ਥਾਂ ਦਾ, ਉਹਨੂੰ ਲਾਤਾ। ਗੁਰੂ ਨਾਨਕ ਦੇਵ ਦੀ ਤੁਸੀਂ ਕਹਾਣੀ ਦੇਖੋ, ਗੁਰੂ ਨਾਨਕ ਦੇਵ ਦੇ 2 ਮੁੰਡੇ ਸਨ, ਉਹਨਾਂ ਨੇ ਆਪਣੇ ਮੁੰਡਿਆਂ ਨੂੰ ਨਹੀਂ ਗੁਰਗੱਦੀ ਦਿੱਤੀ, ਲੈਣੇ ਨੂੰ ਦਿੱਤੀ। ਕਿਉਂ? ਕਿਉਂਕਿ ਉਹ ਆਪਣੀ ਜ਼ਿੰਮੇਵਾਰੀ ਸਮਝੇ। ਇਸ ਤੋਂ ਪਹਿਲਾਂ ਪ੍ਰਧਾਨ ਰਹੇ ਹੈ ਜਿੰਨੇ ਰਹੇ ਹੈ, ਜਗਦੇਵ ਸਿੰਘ ਵੀ ਰਿਹਾ ਹੈ, ਤੁੜ ਸਾਹਿਬ ਵੀ ਰਹੇ ਹੈ, ਮਾਸਟਰ ਤਾਰਾ ਸਿੰਘ ਵੀ ਰਹੇ ਹੈ, ਕਈ ਰਹੇ ਨੇ, ਕਿਸੇ ਨੇ ਆਪਣੇ ਪੁੱਤ ਨੂੰ ਨਹੀਂ ਬਣਾਇਆ। ਬਾਦਲ ਸਾਹਿਬ ਦੇ ਵੇਲੇ ਕੀ ਹੋ ਗਿਆ ਸੀਗਾ ਕਿ ਸਿੱਖ ਪੰਥ ਖਾਲੀ ਹੋ ਗਿਆ ਸੀ, ਕੋਈ ਚੱਜ ਦਾ ਬੰਦਾ ਨਹੀਂ ਸੀ ਸੁਖਬੀਰ ਸਿੰਘ ਦੇ ਇਲਾਵਾ। ਤੁਸੀਂ ਇਹੀ ਪੁੱਛਿਆ ਹੈ, ਹੋਰ ਤੁਸੀਂ ਪ੍ਰਥਾ SGPC ਦੀ ਲੈ ਲਓ, ਮਾਸਟਰ ਜੀ ਵੀ ਰਹੇ ਪ੍ਰਧਾਨ, ਕਦੇ ਉਹਨਾਂ ਨੇ, ਉਹਨਾਂ ਦੇ ਮੁਤਲਕ ਇਹ ਬੜੀ ਮਸ਼ਹੂਰ ਕਹਾਣੀ ਹੈ, ਸੱਚਾਈ ਹੈ ਕਿ ਉਹਨਾਂ ਕੋਲ ਉਹ SGPC ਦੇ ਦਫ਼ਤਰ ਬੈਠੇ ਸੀ ਅਤੇ ਉਹਨਾਂ ਕੋਲ ਇੱਕ ਬੰਦਾ ਚਲੇ ਗਿਆ ਅਰਜ਼ੀ ਲੈ ਕੇ, ਜੀ ਮੇਰੀ ਅਰਜ਼ੀ 'ਤੇ ਮਾੜਾ ਜਿਹਾ ਘੁੱਗੀ ਮਾਰ ਦਿਓ। ਉਹ ਕਹਿਣ ਲੱਗੇ ਕਿ ਵੀ ਕਾਕਾ, ਇਹ ਤੇਰਾ ਜਿਹੜਾ ਕੰਮ ਹੈ ਨਾ, ਇਹ ਅਕਾਲੀ ਦਲ ਦਾ ਕੰਮ ਹੈ, ਉਹ ਮੇਰੇ ਦਫ਼ਤਰ ਤੋਂ 3 ਵਜੇ ਆ ਜਾਈ, ਮੈਂ ਉੱਥੇ ਆ ਜਾਵਾਂ, ਉੱਥੇ ਕਰਨਾ। ਉਹ ਕਹਿੰਦਾ ਮਾਸਟਰ ਜੀ ਕੀ ਲੱਗਦਾ, ਮਾੜੀ ਜੀ ਘੁੱਗੀ ਉਹ ਮਾਰਨੀ ਆ, ਸਿਆਹੀ ਲੈ ਕੇ ਕਰ ਦਿਉ। ਉਹਨਾਂ ਨੇ ਜਵਾਬ ਇਹ ਦਿੱਤਾ ਕਿ ਕਾਕਾ, ਇਹ ਜਿਹੜੀ ਸਿਆਹੀ ਹੈ ਇਹ ਸ਼੍ਰੋਮਣੀ ਕਮੇਟੀ ਦੀ ਹੈ, ਮੈਂ ਇਹਦੀ ਦੁਰਵਰਤੋਂ ਨਹੀਂ ਕਰ ਸਕਦਾ, ਮੈਂ ਉੱਥੇ ਤੂੰ ਆ ਜਾ। ਮਾਸਟਰ ਜੀ ਅੰਮ੍ਰਿਤਸਰ 'ਚ ਰਹਿੰਦੇ ਸਨ, ਉਹ SGPC ਦੀ ਕੋਈ ਵੀ ਵਹੀਕਲ, ਕੋਈ ਗੱਡੀ, ਕੋਈ ਪੈਟਰੋਲ ਉਹ ਨਹੀਂ ਸੀ ਵਰਤਦੇ, ਉਹ ਰਿਕਸ਼ਾ 'ਤੇ ਆਉਂਦੇ ਸਨ, ਆਪਣਾ ਟਿਫਨ ਆਪ ਲੈ ਕੇ ਆਉਂਦੇ ਸਨ, ਉਹਨਾਂ ਨੇ ਲੰਗਰ ਨਹੀਂ ਛਕਿਆ ਕਦੇ। ਅਤੇ ਹੁਣ ਤਾਂ ਤੁਹਾਡੇ ਜਿਹੜੇ SGPC ਦੇ ਜਿਹੜੇ ਪ੍ਰਧਾਨ ਨੇ, ਇੱਕ ਗੱਡੀ ਨਹੀਂ, ਇਹਨਾਂ ਦੇ ਨਾਲ ਕਾਫਲਾ ਗੱਡੀਆਂ ਦਾ ਜਾਂਦਾ ਹੈ, ਸ਼੍ਰੋਮਣੀ ਕਮੇਟੀ ਦੀ ਗੋਲਕ ਤੋਂ ਉੱਤੋਂ ਖਰਚੇ ਜਾਂਦੇ ਨੇ, ਜਿਹੜੇ ਡਰਾਈਵਰ ਨੇ 30-40 ਹਜ਼ਾਰ ਰੁਪਇਆ ਤਨਖਾਹਾਂ ਲੈਣ ਵਾਲੇ, ਉਹ ਵੀ ਗੋਲਕ ਤੋਂ। ਇਹ ਦੁਰਵਰਤੋਂ ਨਹੀਂ, ਇਹ ਜਿਹੜੀਆਂ ਪੁਰਾਣੀਆਂ ਪ੍ਰਥਾ ਪਾਈਆਂ ਹੋਈਆਂ ਨੇ। ਔਰ ਮਾਸਟਰ ਜੀ ਦੇ ਵੇਲੇ ਦੇ ਜਿਹੜੇ ਹੋਰ ਵੀ ਪ੍ਰਧਾਨ ਸੀ ਨਾ SGPC ਦੇ, ਮੈਂ ਕਈਆਂ ਦਾ ਨਾਂ ਲੈ ਸਕਦਾ ਜਿਹੜੇ ਕਿ 2-2 ਸਾਲ ਰਹੇ ਲੇਕਿਨ ਨਿਸ਼ਕਾਮ ਸੇਵਾ ਕੀਤੀ। ਇਸੇ ਏਜੰਡੇ ਦੇ ਉੱਪਰ ਤੁਹਾਡੀ ਜੋ ਸੋਚ ਹੈ ਜਾਂ ਤੁਸੀਂ ਕਹਿ ਲਓ ਕਿ ਤੁਸੀਂ ਸਿਧਾਂਤ ਦੇ ਉੱਪਰ ਚੱਲ ਰਹੇ ਹੋ, ਹੁਣ ਤੱਕ ਤੁਸੀਂ ਹਾਸਲ ਕੀ ਕੀਤਾ ਫਿਰ? ਅਸੀਂ ਇਹ ਹਾਸਲ ਕੀਤਾ ਜੀ, ਅਸੀਂ ਲੋਕਾਂ ਨੂੰ ਜਾਗਰਿਤ ਕੀਤਾ ਹੈ, ਔਰ ਬਹੁਤ ਗਿਣਤੀ ਜਿਹੜੀ ਹੈ ਉਹ ਤੁਰੀ ਹੋਈ ਹੈ, ਉਹਨਾਂ ਨੂੰ ਸਮਝ ਆ ਗਈ ਹੈ ਕਿ ਬਾਦਲਾਂ ਦੇ ਜਿਹੜੀ ਕੰਟਰੋਲ ਵਿੱਚ ਜਿਹੜਾ ਗੁਰਦੁਆਰਾ ਚੱਲ ਰਿਹਾ ਹੈ, ਇਹ ਇੱਕ ਸਿੱਖਾਂ ਨੂੰ ਹੇਠੀ ਦਿਖਾਉਣ ਵਾਲੀ ਕੰਮ ਹੈ। ਇਸੇ ਕਰਕੇ ਤਾਂ ਹੁਣ ਉਹ ਅਤਾਵਲੇ ਹੋਏ ਆ,
ਇਸ ਕਰਕੇ ਨੱਠੇ ਫਿਰਦੇ ਆ ਕਿ ਜੀ ਉਹਨੂੰ ਵੀ ਫੜ ਲਓ, ਉਹਨੂੰ ਵੀ ਕੁਛ ਦੇ ਦਿਓ। SGPC ਦੇ ਹੁਣ 5 ਕਰੋੜ ਤੋਂ ਵੱਧ ਸੰਗਰੂਰ ਹਲਕੇ ਵਿੱਚ ਇਹਨਾਂ ਨੇ 2 ਹਫ਼ਤੇ 'ਚ ਵੰਡੇ ਆ, ਇਸੇ ਲਈ ਕਿ ਵੀ ਇਕੱਠ ਕਰਨਾ ਸੀ। ਇਕੱਲਾ 4,400 ਰੁਪਇਆ ਦੇ ਕੇ ਨਹੀਂ ਬੰਦੇ ਇਕੱਠੇ ਕੀਤੇ, ਆਹ ਵੀ ਕੰਮ ਕੀਤਾ। ਅਤੇ ਮੇਰਾ ਮਤਲਬ ਹੈ ਇਹ ਉਹਨਾਂ ਨੂੰ ਤਾਂ ਹੁਣ ਅੱਗ ਲੱਗੀ ਪਈ ਹੈ। ਮੈਂ ਇੰਟਰਸਟਿਡ ਨਹੀਂ ਹਾਂ 2022 'ਚ। ਮੈਂ ਇੰਟਰਸਟਿਡ ਹੈਗਾ ਕਿ ਗੁਰਦੁਆਰਿਆਂ 'ਚ ਜਿਹੜਾ ਗੰਦ ਪਿਆ ਹੈ ਉਹਨੂੰ ਸੁਧਾਰ, ਕਿਵੇਂ ਨਾ ਕਿਵੇਂ ਸੁਧਾਰੀਏ, ਉਹ ਲੋਕਾਂ ਨੂੰ ਜਾਗਰਿਤ ਕਰੀਏ ਕਿ ਭਾਈ ਇਹ ਮੌਕਾ ਹੈ, SGPC ਦੇ ਇਲੈਕਸ਼ਨ ਪਹਿਲੇ ਆਉਣ, ਅਸੀਂ ਕੋਸ਼ਿਸ਼ ਕਰਦੇ ਹਾਂ ਔਰ ਆਉਣ ਅਤੇ ਉਹਦੇ ਵਿੱਚ ਇਹ ਜਿਹੜੀ ਬਾਦਲ ਦੀ ਜੁੰਡਲੀ ਹੈ ਇਹਨੂੰ ਉਹਦੇ 'ਚੋਂ ਕੱਢਿਆ ਜਾਵੇ ਔਰ ਤੁਹਾਡਾ ਵਫ਼ਦ ਜਾ ਕੇ ਸਿੱਧਾ ਪ੍ਰਧਾਨ ਮੰਤਰੀ ਹੋਣਾ ਨੂੰ ਮਿਲੇ ਕਿ ਇੱਥੇ ਜਿਹੜਾ ਗੰਭੀਰ ਮਸਲਾ ਹੈਗਾ ਇਹਦਾ ਪਹਿਲਾਂ ਹੱਲ ਕਰ ਦਈਏ, ਇਲੈਕਸ਼ਨ ਕਰਵਾ ਦਈਏ ਪਹਿਲਾਂ, ਤੁਸੀਂ ਜੇ ਮਿਲੇ ਹੋ ਉਹਨਾਂ ਨੂੰ ਜਾ ਕੇ? ਮੇਰਾ ਕਿਸੇ ਪ੍ਰਧਾਨ ਮੰਤਰੀ ਨਾਲ ਕੋਈ ਤਾਲਮੇਲ ਨਾ ਹੈ ਨਾ ਮੈਂ ਰੱਖਣਾ ਚਾਹੁੰਦਾ। ਮੇਰਾ ਇੰਟਰਸਟ ਪੰਜਾਬ ਵਿੱਚ ਹੈ, ਮੇਰਾ ਇੰਟਰਸਟ ਸਿੱਖੀ ਵਿੱਚ ਹੈ। ਪੰਜਾਬ ਦੇ ਲਈ ਕਹਿ ਰਹੇ ਕਿ ਜੇ ਇਲੈਕਸ਼ਨ ਦੇ ਲਈ ਤੁਸੀਂ ਆਪਣਾ ਵਫ਼ਦ ਲੈ ਕੇ ਜਾਓ? ਮੈਂ ਝੋਲੀ ਕਿਸੇ ਅੱਗੇ ਅੱਜ ਤੱਕ ਮੰਗੀ ਨਹੀਂ, ਮਾਫ਼ ਕਰੋ। ਮੈਂ ਜੇ ਝੋਲੀ ਅੱਡਣੀ ਹੈ ਤਾਂ ਮੈਂ ਜਿਹੜਾ ਮੇਰਾ ਸਿੱਖ ਵੋਟਰ ਹੈ ਉਹਦੇ ਸਾਹਮਣੇ ਮੈਂ ਮੰਗਣੀ ਹੈ, ਉਹਦੇ ਹੋਰ ਇਲਾਵਾ ਮੈਂ ਨਹੀਂ ਕਿਸੇ ਨੂੰ ਇਸ ਸਮਝਦਾ, ਇਸ ਲਾਇਕ ਮੈਂ ਨਹੀਂ ਕੰਸਿਡਰ ਕਰਦਾ। ਚਲੋ, ਤੁਹਾਡੇ ਆਪਣੇ ਜਿਹੜੇ ਗਰੁੱਪ ਦੇ ਹੈਗੇ ਉਹਨਾਂ ਦੇ ਭਵਿੱਖ ਬਾਰੇ ਪੁੱਛ ਲੈਂਦੇ ਹਾਂ। ਸੁਖਦੇਵ ਸਿੰਘ ਢੀਂਡਸਾ ਹੋਣੀ, ਰਣਜੀਤ ਸਿੰਘ ਬ੍ਰਹਮਪੁਰਾ, ਸੇਖਵਾਂ ਸਾਹਿਬ, ਇਹ ਨਹੀਂ, ਫਿਰ ਵੀ ਤੁਸੀਂ ਅੱਜ ਮੀਟਿੰਗ ਇਕੱਠੇ ਕਰਨ ਲੱਗੇ ਹੋ, ਉਹਨਾਂ ਦਾ ਕੀ ਭਵਿੱਖ ਲੱਗਦਾ ਕਿਉਂਕਿ ਤੁਹਾਡਾ ਤਜ਼ਰਬਾ ਹੈਗਾ? ਦੇਖੋ, ਇਹ ਗਰੁੱਪ ਮੇਰਾ ਨਹੀਂ ਹੈ, ਇਹ ਆਪਣਾ ਆਪਣਾ ਗਰੁੱਪ ਹੈ। ਅਸੀਂ ਤਾਂ ਗੁਰਦੁਆਰਾ ਸੰਭਾਲ ਵਾਸਤੇ ਵੀ ਇਸੇ ਸੋਚ ਦੇ ਉੱਪਰ ਚੱਲ ਰਹੇ, ਕਹਿੰਦੇ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਯਾਦ ਕਰਾਉਣਾ ਹੈ। ਅਸੀਂ ਇੱਕ ਸੰਗਠਨ ਬਣਾ ਰਹੇ ਹਾਂ ਔਰ ਉਹ ਸੰਗਠਨ ਦੇ ਵਿੱਚ ਅਸੀਂ ਹਰ ਕਿਸਮ ਦੇ ਬੰਦੇ ਨੂੰ, ਸਿੱਖਾਂ ਨੂੰ ਜਿਹੜੇ ਕਿ ਇਸ ਖਿਆਲ ਦੇ ਹਨ ਕਿ ਬਈ ਸੁਧਾਰ ਆਉਣਾ ਚਾਹੀਦਾ ਹੈ, ਉਹਨਾਂ ਸਾਰਿਆਂ ਨੂੰ ਅਸੀਂ ਇਕੱਠਾ ਕਰਨਾ ਹੈ ਔਰ ਇਕੱਠਾ ਕਰਕੇ ਅਸੀਂ ਉਹਦੇ ਵਿੱਚ ਅਸੀਂ ਜਿਹੜੇ ਦੂਜੀ ਪਾਰਟੀਆਂ ਦੇ ਵੀ ਸਿੱਖ ਨੇ, ਭਾਵੇਂ ਉਹ ਬਸ਼ੱਕ ਉਹ ਆਮ ਆਦਮੀ ਵਿੱਚ ਹੋਣ, ਬਸ਼ੱਕ BSP 'ਚ ਹੋਣ, ਕਮਿਊਨਿਸਟ ਪਾਰਟੀ ਦੇ ਹੋਣ, ਕੋਈ ਹੋਵੇ, ਜਿਹੜੇ ਕਿ ਆ ਗੰਦ ਨੂੰ ਹਟਾਉਣ ਦੇ ਹੱਕ 'ਚ ਸਨ, ਅਸੀਂ ਉਹਨਾਂ ਨੂੰ ਸੰਗਠਨ 'ਚ ਸ਼ਾਮਿਲ ਕਰਾਂਗੇ ਔਰ ਅਸੀਂ ਇਸ ਤੰਗ 'ਚ ਹਾਂ ਕਿ ਵੋਟਾਂ ਪੈਣ। ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ BJP ਸ਼ਾਇਦ ਅੱਡ ਹੋ ਕੇ ਚੋਣ ਲੜ ਸਕਦੀ ਹੈ, ਤੁਸੀਂ ਜੇ ਤੁਹਾਨੂੰ ਕੋਈ ਸੱਦਾ ਦੇਵੇ BJP ਵਾਲੇ ਜਾਂ ਕਾਂਗਰਸ ਵਾਲੇ, ਤੁਸੀਂ ਕਹਿੰਦੇ ਕੈਪਟਨ ਸਾਹਿਬ ਮੇਰੇ ਬੜੇ ਮਿੱਤਰ ਨੇ, ਕਿਸੇ ਪਾਰਟੀ ਜੁਆਇਨ ਕਰਨ ਦੇ ਕੋਈ ਮੂਡ ਹੈ ਤੁਹਾਡਾ? ਭਾਈ ਸਾਹਿਬ, ਤੁਹਾਡਾ ਸਵਾਲ ਹੀ ਬੜਾ ਉਲਟਾ ਹੈ। ਜੇ ਇਹ ਹੁੰਦਾ ਤਾਂ ਮੈਂ ਤੁਹਾਨੂੰ ਕਹਿ ਕੇ ਹਟਿਆ, 20 ਸਾਲ ਹੋ ਗਏ ਨੇ ਮੈਂ ਤੁਰਿਆ ਫਿਰਦਾ, ਮੈਨੂੰ ਅਕਲ ਹੁਣੇ ਆਉਣੀ ਹੈ ਕਿ ਵੀ ਮੈਂ ਹੁਣ ਭੁੱਖਾਂ, ਮੇਰੀ ਭੁੱਖ ਵੱਧ ਗਈ ਹੈ 80 ਵਰ੍ਹਿਆਂ ਦੇ ਉੱਤੇ ਕਿ ਮੈਂ ਕਿਸੇ ਹੋਰ ਪਾਰਟੀ ਦੇ ਮਗਰ ਜਾਵਾਂ? ਦੇਖੋ, ਤੁਸੀਂ ਮੇਰੀ ਸਿਆਸਤ ਦੂਜੇ ਸਿਆਸਤ ਦੇ ਨਾਲ ਉਹਨਾਂ ਦਾ ਮੁਕਾਬਲਾ ਨਾ ਕਰੋ। ਮੈਂ ਕੋਈ ਆਪਣੀ ਜਾਤੀ ਫਾਇਦੇ ਵਾਸਤੇ ਅੱਜ ਤੱਕ ਨਾ ਕੀਤਾ ਹੈ ਨਾ ਕਦੇ ਕਰ ਸਕਦਾ। ਮੇਰਾ BJP ਵਾਲਿਆਂ ਦੇ ਨਾਲ ਸਾਡਾ ਸੰਬੰਧ ਰਿਹਾ ਹੈ ਜਦੋਂ ਅਕਾਲੀ ਦਲ ਦੀ ਸਰਕਾਰਾਂ ਸੀਗੀਆਂ, ਪਰ ਉਸ ਤੋਂ ਬਾਅਦ ਨਹੀਂ, ਉਸ ਤੋਂ ਬਾਅਦ ਨਹੀਂ। ਚਰਚਾਵਾਂ, ਸਵਾਲ ਤੁਹਾਨੂੰ ਇਸ ਕਰਕੇ ਪੁੱਛਣਾ, ਚਰਚਾਵਾਂ ਚੱਲ ਰਹੀਆਂ ਨੇ ਕਿ ਬਾਕੀ ਜਿਹੜੇ ਜਿਨ੍ਹਾਂ ਨਾਲ ਤੁਸੀਂ ਅੱਜ ਮੀਟਿੰਗ ਕਰ ਰਹੇ ਹੋ ਉਹਨਾਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ? ਨਹੀਂ ਜੀ, ਉਹਨਾਂ ਨਾਲ ਬੇਸ਼ੱਕ ਹੋਣ। ਦੇਖੋ, ਅਸੀਂ ਅਲੱਗ ਅਲੱਗ ਪਾਰਟੀ ਦੇ ਬੰਦੇ ਹੈ, ਅਲੱਗ ਅਲੱਗ ਸੋਚ ਦੇ ਬੰਦੇ ਹੈ। ਜੇ ਉਹਨਾਂ ਦੀ ਸੋਚ ਮੇਰੇ ਵਰਗੀ ਹੁੰਦੀ ਤਾਂ 20 ਸਾਲ ਪਹਿਲਾਂ ਨਾ ਆਪਾਂ ਇਕੱਠੇ ਹੁੰਦੇ। ਇਹ ਤਾਂ ਆਪਣੇ ਮੌਕੇ ਦੇ ਉੱਤੇ ਜਿਹੜੀ ਗੱਲ ਹੋਈ ਹੈ ਉਹਦੇ ਮੁਤਾਬਕ ਇਹ ਤਸਵੀਰ ਤੁਹਾਡੇ ਸਾਹਮਣੇ ਆ ਰਹੀ ਹੈ। ਦੇਖੋ, ਜਦੋਂ ਵੀ ਚੀਜ਼ ਵਿਖਰਨ ਲੱਗਦੀ ਹੈ ਨਾ ਤਾਂ ਆਹੀ ਤਸਵੀਰ ਹੈ ਜਿਹੜੀ ਤੁਸੀਂ ਦੇਖ ਰਹੇ ਹੋ। ਜੇ ਤੁਸੀਂ ਵੀ ਚਾਹੋ ਕਿ ਕੋਈ ਹਿਸਟੋਰਿਕ ਚੀਜ਼ ਨੂੰ ਤੁਸੀਂ ਕੈਪਚਰ ਕਰਨਾ ਹੈ ਫਿਲਮ ਵਿੱਚ, ਤਾਂ ਹੁਣ ਇਹ ਸਮੇਂ। ਤੁਸੀਂ ਕਹਿੰਦੇ ਜੋ ਇਲਜ਼ਾਮ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਲਾਏ, ਪੰਜਾਬ ਦੇ ਵਿੱਚ ਇਹਨਾਂ ਦਾ ਗੱਠਜੋੜ ਹੈਗਾ, ਉਨਾ ਹੀ ਭਾਗੀਦਾਰ, ਉਨਾ ਹੀ ਜ਼ਿੰਮੇਵਾਰ ਤੁਸੀਂ ਭਾਜਪਾ ਨੂੰ ਮੰਨਦੇ ਹੋ? ਫਿਰ ਭਾਜਪਾ ਗੁਰਦੁਆਰੇ ਦੇ ਮੈਨੇਜਮੈਂਟ ਦੇ ਵਿੱਚ ਭਾਗੀਦਾਰ ਨਹੀਂ ਹੈ। ਗੁਰਦੁਆਰੇ ਦੀ ਜਿਹੜੀ ਵੋਟ ਹੈ ਉਹ ਸਿੱਖਾਂ ਦੀ ਵੋਟ ਪੈਂਦੀ ਹੈ, ਉੱਥੇ ਭਾਜਪਾ ਦੀ ਨਹੀਂ ਪੈਂਦੀ। ਸੋ ਇਹ ਵੀ ਸਵਾਲ ਦਾ ਕੋਈ ਮੁੱਲ ਨਹੀਂ। ਜਿਹੜੇ ਇਲੈਕਸ਼ਨ ਹੋਣੇ ਉਹਦਾ ਕੇਂਦਰ ਸਰਕਾਰ ਨਹੀਂ ਕਰਾਉਣੇ ਨਾ? SGPC ਦੀ ਜਿਹੜੀ ਵੋਟ ਹੈ ਸਿੱਖ ਵੋਟ ਪਾਉਂਦਾ ਹੈ। ਕਰਾਉਣ ਦਾ ਮਤਲਬ ਕੀ ਹੈ ਕਿ ਉਹ ਡਿਕਟੇਟ ਕਰਦੇ ਨੇ ਕਿੱਥੇ ਪਾਓ, ਫਿਰ ਤਾਂ ਕਾਹਦੀ ਇਲੈਕਸ਼ਨ ਹੋਈ? ਨੋਟ ਇਲੈਕਸ਼ਨ ਕਰਵਾਉਣੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਨਾ? ਨਹੀਂ ਹੈ, ਇਹ ਵੀ ਗੱਲ ਤੁਹਾਡੀ ਗੱਲ ਗਲਤ ਹੈ। ਖਾਲੀ ਅਨਾਊਂਸ ਕਰਨਾ ਹੈ, ਜਿਹੜੀ ਇਲੈਕਸ਼ਨ ਉਹ ਸਰਕਾਰ ਪੰਜਾਬ ਦੀ ਕਰਾਉਂਦੀ ਹੈ, ਹਰਿਆਣੇ 'ਚ ਹਰਿਆਣਾ ਦੀ ਕਰਾਉਂਦੀ ਹੈ, ਹਿਮਾਚਲ 'ਚ ਹਿਮਾਚਲ ਦੀ ਕਰਾਉਂਦੀ ਹੈ। ਕਹਿੰਦੇ ਕਿ ਰਲੇ ਹੋਏ ਆ, ਜੋ ਉੱਥੋਂ ਕੇਂਦਰ ਨਹੀਂ ਕੋਈ ਸਲਾਹ ਦੇ ਰਹੀ ਜਾਂ ਫਿਰ ਇੱਥੇ ਕੈਪਟਨ ਸਾਹਿਬ ਆਪ ਨਹੀਂ ਕੁਝ ਕਰ ਰਹੇ, ਸਿਰਫ ਗੱਲਾਂ ਬਾਤਾਂ ਹੀ ਹੋ ਰਹੀਆਂ ਨੇ? ਨਹੀਂ ਜੀ, ਕੈਪਟਨ ਸਾਹਿਬ ਤਾਂ ਹੁਣ ਆਇਆ ਤਸਵੀਰ ਵਿੱਚ ਜਦੋਂ ਕੇਸਿਸ ਹੈਗੇ ਨੇ ਲਟਕੇ ਹੋਏ ਇਹ ਸੁਪਰੀਮ ਕੋਰਟ ਦੇ ਵਿੱਚ। ਇਹ ਤਾਂ ਬਾਦਲ ਸਾਹਿਬ ਦਾ ਰਾਜ ਸੀ, ਜਦੋਂ ਇਹਨਾਂ ਨੇ ਆਪਣੇ 9 ਵਜ਼ੀਰ ਨਹੀਂ ਬਣਾਈ ਹੈ ਉਦੋਂ ਗੱਲ ਕਰਦੇ, ਉਦੋਂ ਤਾਂ ਗੱਲ ਕੀਤੀ ਨਾ। ਹੁਣ ਕਿਸੇ ਹੋਰ ਵੱਲ ਉਂਗਲ ਕਰਨ ਦਾ ਤੁਹਾਡਾ ਹੱਕ ਕਿਵੇਂ ਬਣਦਾ? ਨਹੀਂ ਬਣਦਾ। ਅਤੇ ਇਲੈਕਸ਼ਨ ਤਾਂ 5 ਸਾਲ ਦੇ ਬਾਅਦ ਲਾਜ਼ਮੀ ਤੌਰ 'ਤੇ ਹੋ ਜਾਣੇ ਚਾਹੀਦੇ ਸਨ। ਹਾਂ, ਧੰਨਵਾਦ ਗੱਲਬਾਤ ਕਰਨ ਲਈ। ਸੋ ਇਹ ਨੇ
ਪੰਜਾਬ ਦੇ ਦੋ ਵਾਰ ਰਹੇ ਵਿਧਾਨ ਸਭਾ ਦੇ ਸਪੀਕਰ ਅਤੇ ਪਿਛਲੇ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਨੇ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਇਲੈਕਸ਼ਨ ਜਿਹੜੇ ਆ ਉਹ ਹੋ ਜਾਣੇ ਚਾਹੀਦੇ ਅਤੇ ਉਸ ਤੋਂ ਅੱਗੇ ਸਿਆਸਤ ਜਿਹੜੀ ਹੈ ਇਸ ਮੁੱਦੇ ਦੇ ਉੱਪਰ ਹੋਰ ਜਿਹੜੀ ਹੈ ਕੀਤੀ ਜਾ ਸਕਦੀ ਹੈ। ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਜਲੰਧਰ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran, satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed, mobile 84374 94647, 84374 94648।